ਡਿੰਪੀ ਸਾਹਿਬ ਜੈ ਮਾਤਾ ਦੀ ਜੀ। ਸੋ ਮਹਾਮਾਈ ਦੇ ਚਰਨਾਂ ਵਿੱਚ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ, ਇੱਕ ਵਾਰੀ ਗੱਜ ਵੱਜ ਕੇ ਜਗਾਰਾ ਲਗਾਉਣਾ ਹੈ। ਜਕਾਰਾ ਸ਼ੇਰਾਂ ਵਾਲੀ ਦਾ। ਕੋਈ ਗੱਲ ਨਹੀਂ, ਹੌਲੀ ਹੌਲੀ ਇਹ ਪੰਡਾਲ ਦੀ ਰੌਣਕ ਵਧੀ ਜਾਣੀ ਹੈ, ਫਿਰ ਜਗਾਰੇ ਦੀ ਆਵਾਜ਼ ਵੀ ਜ਼ਿਆਦਾ ਹੋ ਜਾਣੀ। ਸੋ ਆਓ ਅੱਜ ਦਾ ਦਿਨ, ਅੱਜ ਦੀ ਰਾਤ, ਕਿਉਂਕਿ ਅੱਜ ਦਾ ਦਿਨ ਬਹੁਤ ਹੀ ਕਰਮਾਂ ਵਾਲਾ, ਭਾਗਾਂ ਵਾਲਾ ਹੈ। ਕਿਉਂਕਿ ਅੱਜ ਦਾ ਦਿਨ ਅਸੀਂ ਭੁੱਲ ਨਹੀਂ ਸਕਦੇ, 15 ਅਗਸਤ, ਕਿਉਂਕਿ ਅਸੀਂ ਆਪਣੇ ਵਤਨ ਲਈ ਦੁਆਵਾਂ ਮੰਗਦੇ ਹਾਂ 15 ਅਗਸਤ ਵਾਲੇ ਦਿਨ। ਇਸ ਦਿਨ ਸਾਨੂੰ ਬਹੁਤ ਸਾਰੀਆਂ ਮਰਿਆਦਾਂ, ਸਾਨੂੰ ਬਹੁਤ ਸਾਰੀਆਂ ਮੁਰਾਦਾਂ ਮਿਲੀਆਂ ਨੇ ਜਗਦੰਬੇ ਮਾਂ ਦੇ ਚਰਨਾਂ ਵਿੱਚੋਂ। ਆਜ਼ਾਦੀ ਦਿਵਸ ਹੈ ਦਿਨ, ਇੱਕ ਵਾਰੀ ਗੱਜ ਵੱਜ ਕੇ ਤਾੜੀ ਜੀ ਸ਼ਹੀਦਾਂ ਸਿੰਘਾਂ ਦੇ ਵਾਸਤੇ ਗੱਜ ਵੱਜ ਕੇ। ਸੋ ਆਓ ਜ਼ਿਆਦੀਆਂ ਗੱਲਾਂ ਨਾ ਕਰਦੇ ਹੋਏ, ਮਾਂ ਜਵਾਲਾ ਜੀ ਜਾਗਰਣ ਪ੍ਰਬੰਧਕ ਕਮੇਟੀ ਲਾਟੀਆਂ ਵਾਲ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ। ਸੋ ਇਹ 5ਵਾਂ ਸਾਲਾਨਾ ਜਾਗਰਣ ਬੜੀ ਹੀ ਧੂਮਧਾਮ ਦੇ ਨਾਲ ਦਿਨੋ ਦਿਨ ਰਾਹ ਚੌਗਣੀ ਅਪਾਰ ਕਿਰਪਾ ਦੇ ਨਾਲ ਵੱਧ ਰਿਹਾ ਹੈ। ਪਿਛਲੀ ਵਾਰੀ ਜਨਾਬ ਫਿਰੋਜ਼ ਖਾਨ ਤੋਂ, ਹੁਣ ਦੀ ਵਾਰ ਸਾਡੇ ਗੁਰੂ ਜੀ ਜਨਾਬ ਮਾਸਟਰ ਸਲੀਮ ਜੀ। ਸੋ ਅਸੀਂ ਚਾਹੁੰਦੇ ਹਾਂ ਅਗਲੀ ਵਾਰ ਨੂੰ ਇਹ ਜਹਾਜ਼ 'ਤੇ ਕਲਾਕਾਰ ਆਵੇ ਜੀ। ਹਾਂਜੀ, ਸੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ, ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਾ ਹੈ, ਇਸ ਕਾਰਨ ਇੱਕ ਹਾਜ਼ਰੀ ਸਤਿਗੁਰਾਂ ਦੇ ਕਦਮਾਂ ਦੇ ਵਿੱਚ। ਧੰਨ ਧੰਨ ਬਾਬਾ ਅਮਰਨਾਥ ਜੀ, ਕਿਉਂਕਿ ਪਵਿੱਤਰ ਇਹ ਧਰਤੀ ਹੈ ਜਿੱਥੇ ਸਾਧੂਆਂ ਸੰਤਾਂ ਦਾ ਡੇਰਾ ਹੈ, ਸਾਧੂਆਂ ਸੰਤਾਂ ਦੇ ਚਰਨ ਪਏ ਨੇ। ਸੌ ਇੱਕ ਵਾਰੀ ਗੱਜ ਵੱਜ ਕੇ ਹਾਜ਼ਰੀ ਬਾਬਾ ਜੀ ਦੇ ਕਦਮਾਂ ਵਿੱਚ। ਧੰਨ ਧੰਨ ਅਮਰਨਾਥ ਮਹਾਰਾਜ ਕੀ। ਸੋ ਉਹਨਾਂ ਦੇ ਕਦਮਾਂ ਵਿੱਚ ਹਾਜ਼ਰੀ ਜੀ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਸੋ ਦੂਰੋਂ ਦੂਰੋਂ ਆਈਆਂ ਸੰਗਤਾਂ ਜਾਗਰਣ ਵਿੱਚ ਬੈਠੀਆਂ ਨੇ, ਆਪਣੀਆਂ ਹਾਜ਼ਰੀਆਂ ਲਵਾ ਰਹੀਆਂ ਨੇ। ਦੂਰੋਂ ਦੂਰੋਂ ਆਈਆਂ ਸੰਗਤਾਂ ਤੰਮਾਂ ਬੂਟਾਂ ਤੋਂ, ਸੀਚਾਂ ਤੋਂ, ਦੌਲੇਵਾਲ ਤੋਂ, ਜਲੰਧਰ ਤੋਂ ਆਈਆਂ ਸੰਗਤਾਂ ਦੂਰੋਂ ਦੂਰੋਂ ਪਿੰਡਾਂ ਤੋਂ ਹੁੰਮ ਮਾ ਕੇ ਪਹੁੰਚ ਰਹੀਆਂ ਨੇ। ਸੋ ਇਹੋ ਬੇਨਤੀ ਹੈ ਜੀ, ਚੁੱਪ ਦਾ ਦਾਨ ਬਖਸ਼ਣਾ ਹੈ, ਬੈਠ ਕੇ ਹਾਜ਼ਰੀ ਲਗਾਉਣੀ ਹੈ, ਕਿਸੇ ਨੇ ਖਲਾਰਾ ਨਹੀਂ ਪਾਉਣਾ, ਕੱਪ ਨਹੀਂ ਪਾਉਣੀ, ਕਿਉਂਕਿ ਜਾਗਰਣ ਨੇ ਮਾਤਾ ਦਾ ਬੇਨਤੀ ਹੈ ਜੀ। ਸੋ ਜ਼ਿਆਦੀ ਗੱਲਾਂ ਨਾ ਕਰਦੇ ਹੋਏ ਸਤਿਗੁਰਾਂ ਦੇ ਕਦਮਾਂ ਵਿੱਚ ਹਾਜ਼ਰੀ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਜੱਸੀ ਭਾਅ ਜੀ ਠੀਕ ਹੈ ਜੀ, ਤਬਲਾ ਠੀਕ ਹੈ ਜੀ, ਡਿੰਪੀ ਸਾਊਂਡ ਆ, ਜੋ ਮਰਗੋ ਸੋ ਹੀ ਮਿਲਦਾ। ਵੈਸੇ ਤਾਂ ਮੰਗਣਾ ਨਹੀਂ ਪੈਂਦਾ, ਦਿਲ ਦੀਆਂ ਮੁਰਾਦਾਂ ਆਪੇ ਪੂਰੀਆਂ ਕਰ ਦਿੰਦੇ ਸਾਡੇ ਡਿੰਪੀ ਭਾਅ ਜੀ। ਇੱਕ ਵਾਰੀ ਇਹਨਾਂ ਤਰ੍ਹਾਂ ਤੋਂ ਗੱਜ ਕੇ ਤਾੜੀ ਜੀ, ਬੜੀ ਪਾਰ ਕਿਰਪਾ ਹੈ ਸਾਡੇ ਡਿੰਪੀ ਭਾਅ ਜੀ 'ਤੇ, ਦਾਤਾ ਜੀ ਪਾਰ ਕਿਰਪਾ ਕਰਨ ਜੀ। ਹੋਰ ਇਹ ਸ਼ੁਰੂ ਕਰੀਏ ਜੀ, ਇੱਕ ਵਾਰੀ ਤਾੜੀ ਗੱਜ ਵੱਜ ਕੇ ਆਪਣੇ ਨਾਂ ਦੀ, ਲਾਟੀਆਂ ਵਾਲ ਵਾਲੇ ਉਹ ਗੱਜ ਵੱਜ ਕੇ ਤਾੜੀਆਂ।
ਤਸਮੇ ਸ਼੍ਰੀ ਗੁਰੂਏ ਨਮਹ ਆਦਿ ਗੁਰੂਏ ਨਮੇ ਜੁਗਾਦ ਗੁਰੂਏ ਨਮੇ ਸਤਿਗੁਰੂਏ ਨਮੇ ਸ਼੍ਰੀ ਗੁਰੂਦੇਵ ਜੀ ਤੁਧਿਆ ਕੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆ ਕੋ ਨਾਮ ਨਾ ਜਾਣੇ ਮੇਰਾ ਮੈਂ ਮੈਂ ਤੱਤੀ ਤੋਂ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰੇ ਸਭੇ ਦੁੱਖ ਗਵਾਏ ਜੀਓ ਮੈਂ ਸਭੇ ਦੁੱਖ ਗਵਾ ਸਤਿਗੁਰਾਂ ਦੇ ਕਦਮਾਂ ਵਿੱਚ ਅਰਦਾਸ ਜੀ ਠੰਡੀ ਜੀ ਹਵਾ ਆਈ ਹੈ ਪਤਾ ਨਹੀਂ ਕਿੱਧਰੋਂ ਆਈ ਇਹਨਾਂ ਨਹੀਂ ਪਤਾ ਸੋ ਬਹੁਤ ਹੀ ਮਾਣ ਕਰਦੇ ਨੇ ਸੰਗਤਾਂ ਵੱਲੋਂ ਹਾਂਜੀ ਹਾਂਜੀ ਮੈਨੂੰ ਪਤਾ ਜੀ ਆ ਪੱਖਾ ਲੱਗ ਗਿਆ ਕਹਿ ਪਾ ਸੋ ਆਓ ਸਤਿਗੁਰਾਂ ਦੇ ਕਦਮਾਂ ਵਿੱਚ ਸਾਜਰੀ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਇਸ ਗੁਰੂ ਕੁਛ ਮਨੋ ਸਾਸ ਗੁਰੂ ਮੇਰੇ ਪ੍ਰਾਣ ਸਤਿਗੁਰੂ ਕੁਸ ਮਨੋ ਸਾਸ ਗੁਰੂ ਮੇਰੇ ਪ੍ਰਾਣ ਸਤਿਗੁਰੂ ਮੇਰੇ ਆਸ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਜਨ ਕਰੋ
ਜਨਮ ਕੀ ਹਮੇ ਮੈਲ ਹਰੋ ਇਸ ਗੁਰ ਕੋ ਚੁਲਾਵੋ ਪਾਤਾ ਮਹਾਯਤਨ ਕੇ ਹੱਥ ਦੇ ਰਾਜਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਆਪੇ ਮੁੱਲ ਲੀਓ ਜਿਨ ਗੁਰੂਆਂ ਕੋ ਦੀਨਾ ਜੀਓ ਆਪਣਾ ਦਾਸ ਰੱਖ ਆਪੇ ਮੁੱਲ ਲੀਓ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਆਪੇ ਲਾਵੋ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਰੀ ਨਮਸਕਾਰ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਧੋਏ ਧੋਏ ਪੀਵਾ ਧੋਏ ਧੋਏ ਪੀਵਾ ਤੋਏ ਪੀਵਾ ਬੋਲ ਸਤਿਗੁਰੂ ਮਹਾਰਾਜ ਕੀ ਸਵੇਸੀ ਸਤਿਗੁਰਾਂ ਦੇ ਕਦਮਾਂ ਵਿੱਚ ਹਾਜ਼ਰੀ ਸੋ ਨਾਲ ਦੀ ਨਾਲ ਬੇਨਤੀ ਹੈ ਪ੍ਰਬੰਧਕ ਕਮੇਟੀ ਵੱਲੋਂ ਕਿ ਜਿਹਨਾਂ ਸੰਗਤਾਂ ਭਗਤਾਂ ਨੇ ਦਾਦੀ ਮਾਂ ਦੇ ਦਰਬਾਰ ਦੇ ਉੱਪਰ ਸਜਦਾ ਸਲਾਮ ਕਰ ਰਿਹਾ ਉਹ ਪੰਡਾਲ 'ਚ ਬੈਠਣ ਦੀ ਕਿਰਪਾਲਤਾ ਕਰੋ ਪੰਡਾਲ ਦੀਆਂ ਰੌਣਕਾਂ ਨੂੰ ਵਧਾਓ ਕਿਉਂਕਿ ਇਹ ਦਾਦੀ ਦਾ ਦਰਬਾਰ ਹੈ ਸੱਜਿਆ ਹੋਇਆ ਔਰ ਦਾਦੀ ਮੌਤ 'ਚ ਬੈਠੇ ਨੇ ਅੱਜ ਰਹਿਮਤਾਂ ਦਾ ਭੰਡਾਰ ਭਰਿਆ ਹੋਇਆ ਕਿ ਮਈਆ ਸਭ ਕੋ ਦੇਤੀ ਹੈ ਆਪਣੇ ਖਜ਼ਾਨੇ ਸੇ ਮਈਆ ਸਭ ਕੋ ਦੇਤੀ ਹੈ ਆਪਣੇ ਖਜ਼ਾਨੇ ਸੇ ਕਿਸੀ ਕੋ ਕਿਸੀ ਬਹਾਨੇ ਸੇ ਕਿਸੀ ਕੋ ਕਿਸੀ ਬਹਾਨੇ ਸੇ ਕਿ ਨਾ ਗਿਣ ਕੇ ਦਿਆ ਹੈ ਨਾ ਹੀ ਤੋਲ ਕੇ ਦਿਆ ਹੈ ਨਾ ਹੀ ਗਿਣ ਕੇ ਦਿਆ ਹੈ ਨਾ ਹੀ ਤੋਲ ਕੇ ਦਿਆ ਹੈ ਮੇਰੀ ਮਾਂ ਨੇ ਜਹਾਂ ਵੀ ਦਿਆ ਹੈ ਦਿਲ ਖੋਲ੍ਹ ਕੇ ਦਿਆ ਹੈ ਅੱਜ ਤੁਹਾਡੇ ਸਾਰਿਆਂ 'ਤੇ ਬਰਸਾਤਾਂ ਹੋ ਰਹੀਆਂ ਨੇ ਔਰ ਪੱਖੇ ਵੀ ਬਰਸਾਤਾਂ ਕਰ ਰਹੇ ਨੇ ਕੈਸਾ ਦੇਖੋ ਜੋਗਾ ਗਿਆ ਪਹਿਲਾਂ ਕਿ ਸਿਆਣੇ ਕਹਿੰਦੇ ਜੇ ਪੱਖੇ 'ਚ ਪਾਣੀ ਪੈ ਜਾਵੇ ਤਾਂ ਪੱਖਾ ਸੜ ਜਾਂਦਾ ਪਰ ਦੇਖੋ ਕੈਸੇ ਚਮਤਕਾਰ ਦਾਦੀ ਮਾਂ ਦੇ ਕਿ ਪੱਖਿਆਂ 'ਚੋਂ ਪਾਣੀ ਆ ਰਿਹਾ ਇੱਕ ਵਾਰੀ ਤਾੜੀਆਂ ਲਓ ਇਹ ਵੀ ਦਾਦੀ ਮਾਂ ਦੀ ਕੁਦਰਤ ਹੈ ਆਓ ਮਾਣਦੇ ਹਾਂ ਅਗਲੀਆਂ ਹਾਜ਼ਰੀਆਂ ਦੇ ਨਾਲ ਜਨਾਬ ਕੁਲਦੀਪ ਕੇਸ਼ਵਰ ਜੀ ਸੋ ਬਹੁਤ ਹੀ ਪਿਆਰਾ ਜਗਦੰਬੀ ਮਾਂ ਦਾ ਭਵਨ ਸਜਾਇਆ ਹੈ ਜਗਰਾਤਾ ਰਚਾਇਆ ਹੈ ਛੋਟੇ ਛੋਟੇ ਜੋ ਵੀ ਮਹਾਮਾਈ ਦੇ ਸ਼ਰਧਾਲੂ ਨੇ ਬੱਚੇ ਨੇ
ਮਹਾਮਾਈ ਦਾ ਉਪਰਾਲਾ ਕੀਤਾ ਜੋ ਵੀ ਜਾਗਰਣ ਦਾ ਵਿਸ਼ਾਲ ਜਾਗਰਣ ਕਰਾਉਣਾ ਬਹੁਤ ਮੁਸ਼ਕਲ ਹੈ ਜੀ ਜਗਦੰਬੇ ਮਾਂ ਦੀ ਪਾਰ ਕਿਰਪਾ ਹੋਵੇ ਤਾਂ ਹੀ ਹੁੰਦਾ ਹੈ ਸੋ ਬੜੀ ਪਾਰ ਕਿਰਪਾ ਹੈ ਜਗਦੰਬੇ ਮਾਂ ਦੀ ਇਸ ਲਾਟੀਆਂ ਵਾਲ ਵਿੱਚ ਬੜੀ ਸ਼ਰਧਾ ਹੈ ਕਿ ਸ਼ਰਧਾ ਹੋਵੇ ਦਿਲ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਸ਼ੇਰਾਂ ਵਾਲੀ ਦੇ ਦਰ 'ਤੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਸੋ ਆਓ ਪ੍ਰਿਥਵੀ ਗੁਰਾਂ ਜੀ ਕੋ ਵੰਦਨਾ ਦੂਤੀ ਆਦਿ ਗਣੇਸ਼ ਤ੍ਰਿਤੀ ਸਿਮਰਾਂ ਸ਼ਾਰਦਾ ਮੇਰੇ ਕਾਰਜ ਕਰੋ ਹਮੇਸ਼ ਗਣੇਸ਼ ਮਹਾਰਾਜ ਦੇ ਕਦਮਾਂ ਵਿੱਚ ਹਾਜ਼ਰੀ ਪ੍ਰਿਥਵੀ ਗੁਰਾਂ ਜੀ ਕੋ ਵੰਦਨਾ ਦੁਤੀਏ ਆਦਿ ਗਣੇਸ਼ ਤ੍ਰਿਤੀਏ ਸਿਮਰਾਂ ਸ਼ਾਰਦਾ ਮੇਰੇ ਕਾਰਜ ਕਰੋ ਹਵੇ ਪਹਿਲੇ ਗਣਪਤ ਪੂਜ ਕੇ ਪਾਛੇ ਕਰੀਏ ਵਿੱਚ ਸਭਾ ਦੇ ਬੈਠਿਆ ਮੋਰੀ ਪਤੀ ਰੱਖਿਆ ਮਹਾਰਾ ਸਦਾ ਭਵਾਨੀ ਦਾਗਨੀ ਗੌਰੀ ਪੁੱਤਰੀ ਗਣੇ ਪਾਂਚ ਦੇਵ ਰਕਸ਼ਾ ਕਰੇ ਬ੍ਰਹਮਾ ਵਿਸ਼ਨੂੰ ਮਹੇ ਥੋੜਾ ਘੱਟ ਰੱਖਿਓ ਬੇਸ ਬੇਸ ਵਿਘਨ ਹਰਨ ਹਰਨ ਮੰਗਲ ਕਰਨ ਸ਼੍ਰੀ ਗਣਪਤ ਮਹਾਰਾ ਪ੍ਰਥਮ ਆਪ ਕੋ ਮੇਰੇ ਪੂਰਨ ਕਰਿਓ ਗਣੇਸ਼ ਮਹਾਰਾਜ ਦੇ ਕਦਮਾਂ ਵਿੱਚ ਬੇਨਤੀ ਜੀ ਕਿ ਜਾਗਰਣ ਵਿੱਚ ਦਾਤਾ ਜੀ ਤੁਸੀਂ ਆਉਣਾ ਹੈ ਜਾਗਰ ਤੇ ਅਪਾਰ ਕਿਰਪਾ ਕਰਨੀ ਹੈ ਜੀ ਆਓ ਹਲਕੀ ਹਲਕੀ ਤਾੜੀ ਵਜਾ ਕੇ ਜਿੰਨੀਆਂ ਸੰਗਤਾਂ ਦੇਖੀ ਭਾਜੀ ਬੜੀ ਡੁੱਗੀ ਕਰ ਦਿਓ ਤਬਲੇ ਦੀ ਡੁੱਗੀ ਬਾਕੀ ਸਾਰਾ ਕੁਝ ਠੀਕ ਹੈ ਡੁੱਗੀ ਦਾ ਸਵਾਦ ਤੇ ਬਣਾ ਦੋ ਮਾੜਾ ਜਿਹਾ ਹਾਂ ਡੁੱਗੀ 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 ਆਹ ਕਿਆ ਬਾ ਇੱਥੇ ਰੱਖੋ ਬਹੁਤ ਸਾਰਾ ਮਾਣ ਪ੍ਰਬੰਧਕ ਕਮੇਟੀ ਵੱਲੋਂ 100 ਰੁਪਈਆ ਅਰਦਾਸ ਹੌਲੀ ਹੌਲੀ ਅਰਦਾਸਾਂ ਆ ਜਾਣੀਆਂ ਕੋਈ ਗੱਲ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਗੌਰੀ ਦਾ ਚਰਨਾਂ ਦੇ ਨਾਲ ਲਾ ਕੇ ਗੰਨ ਪਤ ਚਰਨਾਂ ਦੇ ਨਾਲ ਲਾ ਕੇ ਗੰਨ ਪਤ
ਲੱਡੂਆਂ ਵਾਲੇ ਚੜਦੇ ਅਸੀਂ ਜੋੜ ਕੇ ਚਰਨਾ ਦੇ ਵਿੱਚ ਭਗਤ ਪਿਆਰੇ ਖੜਦੇ ਸਰੀ ਮਹਿਗਾਉਂਦਾ ਰਾਜੂ ਦੀ ਹਰਪੁਰੀ ਆਇਆ ਕੇ ਉਹ ਤੇਰੀ ਬੰਦਨਾ ਸਭ ਤੋਂ ਪਹਿਲਾਂ ਮੇਵੇ ਖਾਲੀ ਤੇ ਬਹੁਤ ਸਾਰਾ ਮਾਨ ਜੀ ਚੁੰਨੀ ਦੇ ਨਾਲ ਨਵਾਜਦੇ ਨੇ ਮਾਂ ਜਵਾਲਾ ਜੀ ਨੌਜਵਾਨ ਪ੍ਰਬੰਧਕ ਕਮੇਟੀ ਵੱਲੋਂ ਕਿਆ ਬਾਜੀ ਨਾਲ ਜੈ ਜੈਕਾਰ ਵੀ ਹੈ ਕਿਆ ਬਾਜੀ ਹਾਂਜੀ ਬਹੁਤ ਸਾਰਾ ਮਾਣ ਚੁੰਨੀ ਦੇ ਨਾਲ ਨਵਾਜਦੇ ਨੇ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਗੌਰੀਆ ਰਾਜੂ ਵੀ ਹਰੀਪੁਰੀ ਆਇਆ ਕੇ ਆਪਣੀ ਹਾਜ਼ਰੀ ਲਾਉਂਦਾ ਨਿਸ਼ਾਨ ਜੀ ਐਨ ਹੋ ਜਾਓ ਮਹਾਰਾਜਾ ਸਾਡੇ ਮੰਗਾ ਭਾਜੀ ਰਾਜੂ ਵੀ ਹਰੀਪੁਰੀ ਆਇਆ ਕੇ ਆਪਣੀ ਹਾਜ਼ਰੀ ਲਾਉਂਦਾ ਤੇਰੀ ਬੰਦੀ ਨਾ ਸਭ ਤੋਂ ਪਹਿਲਾਂ ਤੇਰਾ ਸਲੀਮ ਹੈ ਗਾਉਂਦਾ ਕਿਰਪਾ ਕਰੋ ਗੌਰੀ ਦਾ
ਹਾਂਜੀ ਭਾਜੀ ਤੇਰੀ ਜੈ 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 ਹੋ ਗਣੇਸ਼ ਜੀ ਸਾਰੀ ਦੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਹੀ ਟੀਮ ਦਾ ਔਰ ਨਾਲ ਦੀ ਨਾਲ ਜਨਾਬ ਕੁਲਦੀਪ ਕੇਸ਼ਵ ਜੀ ਦਾ ਬੜੇ ਖੂਬਸੂਰਤ ਢੰਗ ਦੇ ਨਾਲ ਮਾਣ ਸਤਿਕਾਰ ਕੀਤਾ ਗਿਆ। ਇੱਕ ਵਾਰੀ ਭਰ ਕੇ ਤਾੜੀਆਂ ਲਾਉਣਾ ਤੁਸੀਂ ਪ੍ਰਬੰਧਕ ਕਮੇਟੀ ਦੇ ਨਾਂ ਤੇ ਤਾੜੀਆਂ, ਕਿਉਂਕਿ ਮੈਂ ਪਹਿਲਾਂ ਦੱਸਿਆ ਕਿ ਪ੍ਰਾਹੁਣਾ ਇੱਕ ਆ ਜਾਵੇ ਘਰ ਦੇ ਵਿੱਚ ਸਾਹਮਣਾ ਔਖਾ ਹੁੰਦਾ ਹੈ, ਔਰ ਜਿੰਨੀ ਇਸ ਜਾਗਰਣ ਦੀ ਐਡ ਹੋਈ ਹੈ ਮੈਨੂੰ ਇੰਨਾ ਪਤਾ ਕਿ ਲੱਖ ਬੰਦੇ ਦਾ ਅਸੀਂ ਐਸਟੀਮੇਟ ਲਾਇਆ ਕਿ ਲੱਖ ਭਗਤ ਇੱਥੇ ਆਊਗਾ। ਕਿ ਮੇਰੀ ਦਾਦੀ ਕੇ ਦਰਬਾਰ ਮੇ ਦੁੱਖ ਦਰਦ ਮਿਟਾਏ ਜਾਤੇ ਹੈ, ਗਰਦਿਸ਼ ਕੇ ਸਤਾਏ ਲੋਗ ਜਹਾਂ ਸੀਨੇ ਸੇ ਲਗਾਏ ਜਾਤੇ ਹੈ, ਜਿਨ ਪਰ ਖਾਸ ਇਨਾਇਤ ਹੋਤੀ ਹੈ ਮੇਰੀ ਮਈਆ ਕੀ, ਉਨ੍ਹੀਂ ਕੋ ਛਿੰਦੇਸ਼ੇ ਜਾਤੇ ਹੈ, ਵਹੀ ਦਰ ਪੇ ਬੁਲਾਏ ਜਾਤੇ ਹੈ। ਕਰਮਾਂ ਵਾਲੇ ਭਾਗਾਂ ਵਾਲੇ ਦਾਦੀ ਮਾਂ ਦੇ ਸ਼ਾਹੀ ਦਰਬਾਰ ਤੇ ਹਾਜ਼ਰੀਆਂ ਭਰੇ ਹੋ। ਸੋ ਨਾਲ ਦੇ ਨਾਲ ਅਗਲੀਆਂ ਹਾਜ਼ਰੀਆਂ ਦੇ ਨਾਲ ਜਨਾਬ ਕੁਲਦੀਪ ਕੇਸ਼ਵ ਜੀ ਸੋਨੇ ਦਾ ਮਾਂ ਦਾ ਦਰਬਾਰ ਹਰ ਪਾਸੇ ਹੋ ਰਹੀ ਜੈ ਜੈਕਾਰ। ਵੈਸੇ ਬੜੀ ਪਾਰ ਕਿਰਪਾ ਹੈ ਸਾਡੇ ਗੁਰੂ ਜੀ ਜਨਾਬ ਮਾਸਟਰ ਸਲੀਮ ਜੀ, ਸਾਡੇ ਗੁਰੂ ਜੀ ਜਿਨ੍ਹਾਂ ਨੇ ਜਨਾਬ ਮਾਸਟਰ ਸਲੀਮ ਤੱਕ ਪਹੁੰਚਾਇਆ ਹੈ, ਸਾਡੇ ਗੁਰੂ ਜੀ ਜਨਾਬ ਕਿਸ਼ੋਰ ਹੰਸ ਜੀ, ਬੜੀ ਪਾਰ ਕਿਰਪਾ ਸਾਡੇ ਸਿਰ 'ਤੇ ਉਹਨਾਂ ਦੀ ਸਾਡੇ ਸਿਰ 'ਤੇ ਸਤਿ ਪਹੁੰਚਾਇਆ ਹੈ। ਅਤੇ ਦੂਰੋਂ ਦੂਰੋਂ ਆਈਆਂ ਸੰਗਤਾਂ ਮਹਾਮਾਈ ਦੇ ਕਦਮਾਂ ਵਿੱਚ ਹਾਜ਼ਰੀ ਦਵਾ ਰਹੀਆਂ ਨੇ। ਇੱਕ ਵਾਰੀ ਗੱਜ ਵੱਜ ਕੇ ਹਾਜ਼ਰੀ ਜੀ ਲਾਟੀਆਂ ਮਾਲ ਵਾਲੀਆਂ ਸੰਗਤਾਂ। ਹਾਂਜੀ ਭਾਅ ਜੀ ਦੂਰੋਂ ਦੂਰੋਂ ਆਈਆਂ ਸੰਗਤਾਂ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਭਾਅ ਜੀ, ਗੱਲ ਕੀ ਆ, ਕੋਈ ਨਹੀਂ, ਹੌਲੀ ਹੌਲੀ ਆਵਾਜ਼ ਪੰਡਾਲ ਦੀ ਰੌਣਕ ਜਿਉਂ ਜਿਉਂ ਵਧੀ ਜਾ ਰਹੀ ਹੈ, ਰਸ਼ ਵਧੀ ਜਾ ਰਿਹਾ ਹੈ। ਸਾਡੇ ਨਿਸ਼ਾਨ ਜੀ ਕਹਿੰਦੇ ਨੇ ਕਿ ਸਾਨੂੰ ਆਸ ਹੈ ਕਿ ਲੱਖ ਡੇਢ ਲੱਖ, ਇੱਥੋਂ ਤੋਂ ਦੋ ਲੱਖ ਵੀ ਆ ਜਾਣਾ ਜੀ। ਦੇਖੋ ਸਹੀ, ਹੋਰ ਘੰਟੇ ਡੇਢ ਘੰਟੇ ਬਾਅਦ ਦੇਖਿਓ ਜਦੋਂ ਸਾਡੇ ਗੁਰੂਦੇਵ ਜੀ ਆਏ ਉਦੋਂ ਜ਼ਿਆਦਾ ਰੌਣਕ ਹੋ ਜਾਣੀ। ਸਵਾਓ ਸੋਨੇ ਦਾ ਮਾਂ ਦਾ ਦਰਬਾਰ ਹਰ ਪਾਸੇ ਹੋ ਰਹੀ ਜੈ ਜੈਕਾਰ, ਐਸਾ ਦਰਬਾਰ ਜਗਦੰਬੇ ਮਾਂ ਦਾ, ਭੋਲੇ ਸ਼ੰਕਰ ਬਾਬਾ ਜੀ ਨੱਚ ਰਹੇ ਨੇ। ਸਵਾਓ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰਾ ਮਾਣ ਹੋਇਆ ਜੀ। ਸੋ ਇੱਧਰ ਸਾਡੇ ਮੰਗਤ ਜੀ ਰਾਏ, ਮੰਗਤ ਜੀ ਮਹਿਮੂਵਾਲ ਵਾਲੇ, ਬਹੁਤ ਸਾਰਾ ਮਾਣ ਜੀ ਉਹਨਾਂ ਵੱਲੋਂ। ਸੋ ਬਹੁਤ ਵਧੀਆ ਲਿਖਦੇ ਨੇ ਸਾਡੇ ਮੰਗਤ ਜੀ, ਆ ਜਾਓ ਜੀ ਥੋੜ੍ਹਾ ਜਿਹਾ, ਇੱਕ ਵਾਰੀ ਇਹਨਾਂ ਨਾਂ ਤੋਂ ਤਾੜੀਆਂ ਜੀ ਸਾਡੇ ਭਾਅ ਜੀ, ਬਹੁਤ ਪਿਆਰਾ ਲਿਖਦੇ ਨੇ, ਬੜੀ ਪਾਰ ਕਿਰਪਾ ਜਗਦੰਬੇ ਮਾਂ ਪਾਰ ਕਿਰਪਾ ਕਰੇ ਇਹਨਾਂ 'ਤੇ। ਸੋ ਇਹਨਾਂ ਦੀ ਵੰਦਨਾ ਵੀ ਆਪ ਦਿਲੋਂ ਗੁਰੂ ਕਰਾਂਗੇ ਜੀ। ਜ਼ਹਿਰ ਦਾ ਪਿਆਲਾ ਸ਼ਿਵ ਗੱਟ ਗੱਟ ਪੀ ਗਿਆ, ਬਹੁਤ ਹੀ ਵਧੀਆ ਲਿਖਦੇ ਨੇ। ਤੇਰੇ ਦਰਬਾਰ ਤੋਂ ਮੁਰਾਦਾਂ ਲੈਣ ਆਈਆਂ, ਬਹੁਤ ਸਾਰੀਆਂ ਵੰਦਨਾਵਾਂ ਆਪ ਦਿਲੋਂ ਗੁਰੂ। ਇੱਧਰ ਸਾਡੇ ਨਿਸ਼ਾਨ ਜੀ ਨੱਲੇ ਵਾਲੇ, ਘੋਟ ਘੋਟ ਕੇ ਪੀ ਲਓ ਬੂਟੀ ਸ਼ਿਵ ਜੀ ਦੇ ਨਾਮ ਦੀ, ਬਹੁਤ ਹੀ ਪਾਰ ਕਿਰਪਾ। ਸੋ ਜਨਾਬ ਸਲੀਮ ਜੀ ਹੋਣਾ ਨੇ, ਉਹਨਾਂ ਨੇ ਰਿਕਾਰਡ ਕਰਨੀ ਹੈ। ਸੋ ਬੜੀ ਪਾਰ ਕਿਰਪਾ ਜੀ, ਆਓ ਜ਼ਿਆਦਾ ਗੱਲਾਂ ਨਾ ਕਰਦੇ ਹੋਏ।
ਮੈਂ ਤੇਰੇ ਦਰਬਾਰ ਅੰਦਰ। ਕਿਆ ਬਾਤ ਐਮਪੀ ਭਾਜੀ, ਰੱਬ ਤੁਹਾਡੀ ਕਰੋੜਾਂ ਸਾਲ ਉਮਰ ਕਰੇ, ਕਿਉਂਕਿ ਸਾਡੇ ਦਿਲ ਦੀਆਂ ਮੁਰਾਦਾਂ ਪੂਰੀਆਂ ਹੋ ਰਹੀਆਂ। ਮੈਂ ਸੁਣਿਆ ਤੇਰੇ ਦਰਬਾਰ ਅੰਦਰ ਮੈਂ ਅਲੱਗ ਦੀ ਕੋਈ ਫੀਸ ਨਾ ਗਈ, ਦੋ ਚਾਰ ਤੇ ਪੰਜ ਦਸ ਦਾਤੀ ਕੋਈ ਪੰਦਰਾਂ ਸੋਲਾਂ ਫੀਸ ਨਾ ਗਈ। ਜਦੋਂ ਵੇਖਿਆ ਤੇਰੇ ਦਰਬਾਰ ਆ ਕੇ ਹਰਦੁਆਲਿਆਂ ਦੇ ਦਰਾਂ ਤੇ ਫੀਸ ਨਾ ਗਈ। ਅਸੀਂ ਦਰ ਦਰਵਾਜ਼ੇ ਬਹੁਤ ਵੇਖੇ, ਦਰ ਵੇਖਿਆ ਨਾ ਤੇਰੇ ਦਰ ਜਿਹਾ, ਅਸੀਂ ਦਰ ਦਰਵਾਜ਼ੇ ਬਹੁਤ ਵੇਖੇ। ਦੀਪੀ ਭਾਈ ਥੋੜ੍ਹੀ ਜਿਹੀ ਕੀਬੋਰਡ ਦੀ ਇੱਧਰ ਆ, ਜਿਹੜੀ ਇੱਧਰ ਸਾਡੇ ਰਾਜੂ ਭਾਈ ਦੀ ਆਵਾਜ਼ ਕਰ ਦਿਓ ਥੋੜ੍ਹੀ ਜਿਹੀ। ਹਾਂ, ਕਿਆ ਬਾਤ। ਅਸੀਂ ਦਰ ਦਰਵਾਜ਼ੇ ਬਹੁਤ ਵੇਖੇ, ਪਰ ਦਰ ਵੇਖਿਆ ਨਾ ਤੇਰੇ ਦਰ ਜਿਹਾ। ਭਾਜੀ ਬੇਸ ਘਟਾ ਦਿਓ ਥੋੜ੍ਹਾ ਜਿਹਾ। ਸਾਡਾ ਪੱਕਾ ਯਕੀਨ ਗਏ ਅੰਬਿਕੇ ਮਾਂ, ਹੁਣ ਸਵਰਗ ਵੀ ਨਾ ਤੇਰੇ ਦਰ ਜਿਹਾ। ਐਸਾ ਦਰਬਾਰ ਹੈ ਮੰਮੀ ਮਾਂ ਦੇ ਚਰਨਾਂ ਵਿੱਚ। ਸ਼ਹਿਣੇ ਦੀ ਸ਼ਣਕਾ ਨੱਚਾਂ ਮੈਂ ਨੱਚਾਂ ਮਾਂ,
ਕਰੋ ਸਰਮਾਨ ਸੁਨੀਤ ਨਾਲ ਨਵਾਜਦੇ ਨੇ ਸਾਡੇ ਭੈਣ ਜੀ ਸੰਮੀ ਮਾਂ ਪਾਰ ਕਿਰਪਾ ਕਰੇਗੀ ਆ ਜਾਓ ਇੱਧਰ ਆ ਜਾਓ ਹਾਂਜੀ ਭਾਅ ਜੀ ਹਾਂਜੀ ਭੈਣ ਜੀ ਆ ਜ਼ੋਰ ਸੇ ਬੋਲੋ ਜੈ ਮਾਤਾ ਦੀ ਕੀ ਬੋਲੋ ਜੈ ਮਾਤਾ ਦੀ ਮੁੱਲ ਨਹੀਂ ਲੱਗਦਾ ਜੈ ਮਾਤਾ ਦੀ ਨਹੀਂ ਬਣੀ ਕਰਦੀ ਜੈ ਮਾਤਾ ਦੀ ਐ ਹੋਈ ਵੇਲਾ ਜੈ ਮਾਤਾ ਮਾਂ ਜੋ ਤਹਵਾਲੀ ਜੈ ਮਾਤਾ ਦੀ ਮਾਂ ਮੇਰਾ ਕਰਦੀ ਜੈ ਮਾਤਾ ਦੀ ਮਾਂ ਟੁਕੜੇ ਹੱਦੀ ਜੈ ਮਾਤਾ ਦੀ ਮਾਂ ਆਪ ਬੁਲਾਵੇ ਜੈ ਮਾਤਾ ਦੀ ਮਾਂ ਚਿੱਠੀਆਂ ਪਾਵੇ ਜੈ ਮਾਤਾ ਦੀ ਜ਼ੋਰ ਸੇ ਬੋਲੋ ਜੈ ਮਾਤਾ ਦੀ ਸਾਰੇ ਹੀ ਬੋਲੋ ਜੈ ਮਾਤਾ ਦੀ ਓਏ ਸੱਚੇ ਦਰਬਾਰ ਕੀ ਜੈ ਮਾਂ ਕੇ ਪਿਆਰ ਕੀ ਜੈ ਦਰਬਾਰ ਕੀ ਜੈ ਸੋ ਇਸੀ ਮਹਾਮਾਰੀ ਦੇ ਕਦਮਾਂ ਵਿੱਚ ਹਾਜ਼ਰੀ ਮੈਂ ਤਾਂ ਮੇਰਾ ਕਰਦੀ ਰਵੀ ਦਾਦੀਏ ਮਹਾਮਾਈ ਦੇ ਚਰਨਾਂ ਵਿੱਚ ਕੈਸੇ ਦਰ ਦਰਵਾਜ਼ੇ ਬਹੁਤ ਦੇਖੇ ਤੇ ਦਰ ਵੇਖਿਆ ਨਹੀਂ ਤੇਰੇ ਦਰਜੇ ਹਾਂ ਸਾਡਾ ਪੱਕਾ ਯਕੀਨ ਹੈ ਅੰਬਿਕੇ ਮਾਂ ਹੋਣਾ ਸਵਰਗ ਵੀ ਨਹੀਂ ਤੇਰੇ ਘਰ ਜੇ ਹੈ ਸੋ ਸਵਰਗਾਂ ਵਰਗੇ ਨਜ਼ਾਰੇ ਨੇ ਦਾਤੀ ਮਾਂ ਦੇ ਸ਼ਾਹੀ ਦਰਬਾਰ ਤੇ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਹੋ ਰਿਹਾ ਰਿਣੀ ਆ ਸ਼ੁਕਰਗੁਜ਼ਾਰ ਆ ਜੇਬਾਂ ਭਰੀ ਫਿਰਦੇ ਨੇ ਨੋਟਾਂ ਨਾਲ ਦਾਤੀ ਮਾਂ ਹੋਰ ਕਿਰਪਾ ਕਰੇ ਔਰ ਬੇਨਤੀ ਕਿ ਇੱਕ ਅੱਧਾ ਗੇੜਾ ਇਹਨੂੰ ਲਾਉਂਦੇ ਰਹੋ ਮਿਹਰਬਾਨੀ ਆ ਜੀ ਕਿਉਂਕਿ ਪੈਸਾ ਕਹਿੰਦੇ ਕਾਂ ਬਨੇਰੇ ਦਾ ਕਦੀ ਇਸ ਬਨੇਰੇ ਤੇ ਕਦੇ ਉਸ ਬਨੇਰੇ ਤੇ ਇਹ ਬੇਵਫਾ ਸੱਜਣ ਜਿਹਾ ਕਦੇ ਆਸ਼ਕ ਤੇਰੇ ਤੇ ਕਦੇ ਆਸ਼ਕ ਮੇਰੇ ਤੇ ਕਿਉਂਕਿ ਇਹ ਕਹਿੰਦੇ ਨੇ ਮੈਲ ਹੁੰਦੀ ਆ ਉਹ ਤੁਹਾਨੂੰ ਗੋਡੇ ਗੋਡੇ ਚੜ੍ਹੀ ਹੋਈ ਆ ਦਾਦੀ ਮਾਂ ਹੋਰ ਚੜਾਵੇ ਸੋ ਬਹੁਤ ਸਾਰਾ ਮਾਣ ਦਾਦੀ ਮਾਂ ਦੇ ਦਰਬਾਰ ਤੇ ਸੰਗਤਾਂ ਭਗਤਾਂ ਵੱਲੋਂ ਹੋਇਆ ਸ਼ੁਕਰਗੁਜ਼ਾਰ ਹਾਂ ਸੋ ਅਗਲੀਆਂ ਹਾਜ਼ਰੀਆਂ ਦੇ ਨਾਲ ਜਨਾਬ ਕੁਲਦੀਪ ਕੇਸ਼ਵ ਜੀ ਐਸਾ ਦਰਬਾਰ ਹੈ ਜਗਦੰਬੇ ਮਾਂ ਦਾ ਜਿਸ ਤੋਂ ਸਭ ਕੁਝ ਮਿਲਦਾ ਹੈ ਕਿ ਸ਼ਰਧਾ ਹੋਵੇ ਦਿਲ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਮੇਰੀ ਮਾਈ ਦੇ ਦਰ ਤੇ ਸਭ ਦੇ ਆਸਾਂ ਪੂਰੀਆਂ ਹੁੰਦੀਆਂ ਨੇ ਬਹੁਤ ਸਾਰਾ ਮਾਣ ਪ੍ਰਬੰਧਕ ਕਮੇਟੀ ਵੱਲੋਂ ਹੋਰ ਸੰਗਤਾਂ ਵੱਲੋਂ ਬਹੁਤ ਸਾਰਾ ਮਾਣ ਜੀ ਮਹਾਮਾਈ ਦੇ ਚਰਨਾਂ ਵਿੱਚ ਅਸੀਂ ਮਈਆ ਅਸੀਂ ਮਈਆ ਜੀ ਦੀਦਾਰ ਤੇਰਾ ਕਰਨਾ ਮੈਂ ਤੇਰਾ ਦਰ ਨਹੀਂ ਛੱਡਣਾ ਭੋਲੀ ਮਾਂ ਭੋਲੀ ਮਾਂ ਆ ਜਾਓ ਫਿਰ ਤਾੜੀ ਵਜਾ ਕੇ ਹਾਂਜੀ ਬਾਜੀ ਅਸੀਂ ਮਈਆ ਜੀ ਦੀ ਦਾਰ ਤੇ ਨਾ
ਨਹੀਂ ਭਾਜੀ ਪੈਰ ਦੀ ਆਵਾਜ਼ ਨਹੀਂ ਗੱਲ ਕੀ ਦੋ ਪੈੜਾਂ ਤੁਹਾਡੇ ਕੋਲ ਤਾੜੀਆਂ ਜਗਦੰਬੀ ਮਾਂ ਦੇ ਚਰਨਾਂ ਵਿੱਚ ਪ੍ਰਬੰਧਕ ਕਮੇਟੀ ਅਜੇ ਕੋਈ ਗੱਲ ਨਹੀਂ ਅਜੇ ਪਾਣੀ ਪੀਣੀ ਪੀ ਲਓ ਭਾਜੀ ਤਾੜੀਆਂ ਹਾਂਜੀ ਭੈਣ ਜੀ ਕੋਈ ਮੁੱਲ ਨਹੀਂ ਲੱਗਦਾ ਜੀਵਨ ਕਸਦੀ ਇਹੋ ਹੀ ਵੇੜਾ ਜਗਦੰਬੇ ਮਈਆ ਮਾਂ ਝੋਲੀਆਂ ਭਰਦੀ ਮਾਂ ਦੁੱਖੜੇ ਹਰਦੀ ਹੁਣ ਸਾਰੇ ਬੋਲੋ ਚੇਰੇ ਚਰਨਾਂ ਚ ਚਾਰੋਂ ਧਾਮ ਮਾਂ ਤੈਨੂੰ ਪੂਜਦਾ ਹੈ ਸਾਰਾ ਵੀ ਜਹਾਨ ਮਾਂ ਤੇਰੇ ਚਰਨਾਂ ਚ ਚਾਰੋਂ ਧਾਮ ਮਾਂ ਤੈਨੂੰ ਪੂਜਦਾ ਹੈ ਸਾਰਾ ਵੀ ਜਹਾਨ ਮਾਂ ਜਹਾਨ ਮਾਂ
ਦਰ ਸੋਣਾ ਏ ਤੇਰੇ ਦਰ ਜਿਗਾ ਹੋਰ ਵੀ ਨਾ ਹੋਣਾ ਏ ਸੋਹਣਾ ਦਰ ਮੈਂ ਤੇਰਾ ਦਰ ਸੋਣਾ ਏ ਤੇਰੇ ਦਰ ਜਿਗਾ ਸਵਰਗ ਕੀ ਨਾ ਹੋਣਾ ਏ ਹੋਰ ਕੋਈ ਨਾ ਹੋਣਾ ਏ
ਬਿਲਕੁਲ ਪਹਿਲੀ ਵਾਰੀ ਭੇਟ ਗਾਈ ਹੈ ਜੀ, ਵਧੀਆ ਲੱਗੀ ਇੱਕ ਵਾਰੀ ਤਾੜੀ ਜੀ, ਕਿਉਂਕਿ ਖਾਨ ਸਾਹਿਬ ਨੂੰ ਗਾਉਣਾ ਬਹੁਤ ਮੁਸ਼ਕਲ ਹੈ ਜੀ, ਥੋੜ੍ਹੀ ਜੀ ਕਿਰਪਾ ਹੋਈ ਹੈ ਜੀ, ਸੁਆਓ ਮਹਾਮਾਈ ਦੇ ਕਦਮਾਂ ਵਿੱਚ ਹਾਜ਼ਰੀ ਜੀ। ਜਦੋਂ ਮਈਆ ਹੋਵੇ ਦਿਆਲ 'ਤੇ ਨੱਚਣਾ ਪੈਂਦਾ, ਮੈਂ ਕਰ ਦੇਵੇ ਮਾਲਾ ਮਾਲ 'ਤੇ ਨੱਚਣਾ ਪੈਂਦਾ ਹੈ। ਸੋ ਹੁਣ ਪ੍ਰਬੰਧਕ ਕਮੇਟੀ ਦੇ ਚਰਨਾਂ 'ਚ ਬੇਨਤੀ ਹੈ, ਥੋੜ੍ਹਾ ਜਿਹਾ ਨੱਚ ਲਓ, ਉਸ ਤੋਂ ਬਾਅਦ ਸਾਡੇ ਗੁਰੂ ਜੀ ਹੋਣਾ ਨੇ ਤੁਹਾਨੂੰ ਬਚਾ ਦੇਣਾ ਜੀ। ਸੋ ਬਹੁਤ ਹੀ ਜ਼ਰੂਰੀ ਅਨਾਊਂਸਮੈਂਟ ਹੈ ਪ੍ਰਬੰਧਕ ਕਮੇਟੀ ਵੱਲੋਂ ਕਿ ਜਿਨ੍ਹਾਂ ਵੀਰਾਂ ਨੇ, ਜਿਨ੍ਹਾਂ NRI ਵੀਰਾਂ ਨੇ ਜਾਂ ਨਗਨ ਵਾਸੀ ਸੰਗਤਾਂ ਨੇ ਸਾਨੂੰ ਇਹ ਜਾਗਰਣ ਕਰਵਾਉਣ ਵਿੱਚ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਭੇਜਿਆ, ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਲਿਸਟ ਤਿਆਰ ਹੈ। ਬਿਲਕੁਲ 10-15 ਮਿੰਟਾਂ ਤੱਕ, ਇੱਕ ਦੋ ਭੇਟਾਂ ਤੋਂ ਬਾਅਦ ਯਾਨੀ ਕਿ ਅਸੀਂ ਉਹ ਸਨਮਾਨ ਵੰਡਣੇ ਹੈ। ਬੇਨਤੀ ਕਰਦੇ ਹਾਂ ਕਿ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕਿੰਨਾ ਕਿੰਨਾ ਦੇ ਸਨਮਾਨ ਹੋਣੇ ਆ, ਉਹਨਾਂ ਨੂੰ ਬੇਨਤੀ ਕਿ ਬਿਲਕੁਲ ਪੰਡਾਲ ਦੇ ਵਿੱਚ ਆ ਜਾਣ, ਲਾਗੇ ਆ ਜਾਣ, ਯਾਨੀ ਕਿ ਪ੍ਰਬੰਧਕ ਕਮੇਟੀ ਦੇ। ਇੱਕ ਦੋ ਭੇਟਾਂ ਤੋਂ ਬਾਅਦ ਅਸੀਂ ਇਹ ਸਨਮਾਨਾਂ ਵਾਲੀ ਰਸਮ ਜ਼ਰੂਰ ਕਰਾਂਗੇ। ਸੋ ਮਿਹਰਬਾਨੀ ਆ ਜੀ, ਆਓ ਮਾਣਦੇ ਅਗਲੀਆਂ ਹਾਜ਼ਰੀਆਂ ਜਨਾਬ ਕੁਲਦੀਪ ਕੇਸ਼ਵ ਜੀ। ਜਦੋਂ ਦੇ ਮਈਆ ਲੜ ਲੱਗੇ ਹਾਂ, ਕਰਾਮਾਤਾਂ ਚਾਲੂ ਹੋ ਗਈਆਂ ਸਾਡੇ ਉੱਤੇ, ਮਿਹਰਾਂ ਵਾਲੀਆਂ ਬਰਸਾਤਾਂ ਚਾਲੂ ਹੋ ਗਈਆਂ। ਜਿਨ੍ਹਾਂ 'ਤੇ ਮਿਹਰਾਂ ਵਾਲੀਆਂ ਬਰਸਾਤਾਂ ਚਾਲੂ ਹੋਈਆਂ ਨੇ, ਇੱਕ ਵਾਰੀ ਬਾਹਾਂ ਖੜੇ ਕਰਕੇ ਹਾਜ਼ਰੀ ਜੀ। ਹਾਂਜੀ ਭਾਜੀ, ਇੱਕ ਜਿਹੜਾ ਬਾਂਹ ਕਰੇਗਾ ਤਾਂ ਬਾਂਹ ਫੜੇਗੀ ਮਾਂ। ਲਾਟੀਆਂ ਵਾਲ ਵਾਲਿਓ, ਦੰਬੇ ਮਾਂ ਤੁਹਾਡੇ ਤੇ ਮਿਹਰ ਪਰ ਹੱਥ ਰੱਖੇ ਇਦਾਂ ਹੀ। ਜੈ ਕਰੋ ਰੱਜ ਕੇ ਰਜਾਉਣ ਵਾਲੀ ਦਾ। ਤੇ ਸਾਡੇ ਰਾਜੀ ਰੋਈ ਡਿੰਪੀ ਭਾ ਪਾਰ ਕਿਰਪਾ ਕਰੀ ਜਗ ਦੰਬੇ ਮਾਂ। ਆ ਜਾ ਮਾਂ, ਮੇਰਾ ਵਾਲੀ ਤੁਰਪੀਆਂ ਹੁਣ ਮਾਂ ਕਰਨੂ, ਤੇ ਮੈਂ ਛੱਡ ਨਹੀਂ ਸਕਦੀ ਸੋਹਣੇ ਦਰ ਨੂੰ। ਉਹ ਦੁਨੀਆਂ ਪਈ ਖਸਮਾਂ ਨੂੰ ਖਾਵੇ ਹੋਏ, ਉਹ ਦੁਨੀਆਂ ਪਈ ਖਸਮਾਂ ਨੂੰ ਖਾਵੇ ਮਸਤੀ ਮਈਆ ਦੀ। ਉਹ ਸੰਗਤ ਤਾੜੀ ਖੂਬ ਵਜਾਵੇ ਭਗਤਾ, ਆੜੀ ਖੂਬ ਬਜਾਵੇ ਤੇ ਮਸਤੀ ਮਈਆ ਦੀ, ਮਈਆ ਦੀ ਨੱਚ ਨੱਚ ਕੇ ਹਾਜ਼ਰੀ ਲਾਵੇ ਤੇ ਮਸਤੀ ਮਈਆ ਦੀ। ਜੈ ਮਾਂ ਜਵਾਲਾ ਦੇਵੀ ਪ੍ਰਬੰਧਕ ਕਮੇਟੀ, ਉਹਨਾਂ ਨੂੰ ਹੁਕਮ ਹੈ ਜੀ ਪਾਣੀ ਪੂਣੀ ਪੀ ਲਓ, ਹੁਣ 5 ਮਿੰਟ ਆਪਾਂ ਨੱਚ ਕੇ ਹਾਜ਼ਰੀ ਲਗਾਉਣੀ ਮਹਾਮਾਈ ਦੇ ਚਰਨਾਂ ਵਿੱਚ। ਆਵਾਜ਼ ਕਰਦਾ ਰਾਜੂ ਭਾਜੀ, ਆਵਾਜ਼ ਤੁਹਾਡੀ ਬਹੁਤ ਆ, ਤਾੜੀ ਲਾ ਕੇ। ਉਹ ਨੱਚਣਾ ਪੈਂਦਾ, ਨੱਚਣਾ ਪੈਂਦਾ ਮਾਂ ਦੇ
ਮਿੱਟੀ ਦਾ ਜੀ ਕਿਆ ਬਾਤ ਇੱਥੇ ਲੈਣ ਦੇ ਕੋਲ ਆਜੋ ਪ੍ਰਬੰਧਕ ਕਮੇਟੀਆਂ ਹੈ ਚਿੱਟੀਆਂ ਵਰਦੀਆਂ ਵਾਲੇ ਸਾਡੇ ਮਾਂ ਜਵਾਲਾ ਜੀ ਨੌਜਵਾਨ ਪ੍ਰਬੰਧਕ ਕਮੇਟੀ ਕਿੱਡੇ ਸੋਹਣੇ ਲੱਗਦੇ ਨੇ ਇੱਧਰ ਆਜੋ
ਜਦੋਂ ਤੇ ਮਈਆ ਲੜ ਲੱਗਿਆ ਘਰਾਂ ਮਾਤਾ ਚਾਲੂ ਹੋ ਗਈਆਂ, ਜਦੋਂ ਤੇ ਮਈਆ ਲੜ ਭਾਜੀ ਤਾੜੀ ਵਜਾ ਕੇ ਹਾਜ਼ਰੀ ਜਿੰਨੀਆਂ ਸੰਗਤਾਂ ਇੱਕ ਵਾਰੀ ਬਾਹਾਂ ਖੜੀ ਕਰਕੇ ਉੱਚੀਆਂ ਮਹਾਂ ਦੇ ਚਰਨਾਂ ਵਿੱਚ, ਜਿਹੜਾ ਬਾਂਹ ਕਰੇਗਾ ਤਾਂ ਉਹਦੀ ਬਾਂਹ ਫੜੇਗੀ ਮਾਂ, ਜਿਹੜਾ ਮੈਂ ਜਿੰਨੇ ਹੱਥ ਕਰ ਲੈ ਥੱਲੇ ਉਹਦੇ ਕੁਝ ਨਹੀਂ ਪੈਣਾ ਪੱਲੇ, ਜਿੰਨੇ ਹੱਥ ਕਰ ਲਿਆ ਦੇ ਵਿੱਚ ਕਾ ਨਾ ਆਂਦੇ ਨਾ ਪਾਰ, ਹੋ ਬੋਲ ਜੈ ਮਾਤਾ ਦੀ, ਹੋ ਭਗਤਾ ਜੈ ਮਾਤਾ ਦੀ, ਹੋ ਬੋਲ ਜੈ ਮਾਤਾ ਦੀ, ਭਗਤਾ ਜੈ ਮਾਤਾ ਦੀ, ਪੈਰਾਂ ਦੇ ਵਿੱਚ ਬੰਸੀ ਘੁੰਗਰੂ ਭਗਤ ਧਿਆਨ ਨੂੰ ਨੱਚਿਆ, ਖੰਬੇ ਰਾਣੀ ਛੱਕਦੀ ਦਾਸੀਓ ਨਜ਼ਾਰਾ ਚੱਕਿਆ, ਜੇ ਭਗਤੋ ਜਦੋਂ ਮਈਆ ਖੁਸ਼ੀ ਚ ਕਰੇ ਨਿਹਾ ਮਾਂ ਖੁਸ਼ੀ ਚ ਕਰੇ ਨਿਹਾ, ਤੇ ਨੱਚਣਾ ਪੈਂਦਾ ਏ ਮਾਂ ਕਰ ਦੇਵੇ ਮਾਲਾ ਮਾਲ, ਤੇ ਨੱਚਣਾ ਨੱਚਦੀ ਕੁੱਲ ਖੁਦਾਈ, ਲਾਟੀਆਂ ਵਾਲ ਨੱਚ ਨੱਚਵਾਂ ਤੇਰੇ ਦਰ ਤੇ ਰੌਣ ਕਲਾਈ, ਦਾਦੀਏ ਉਹ ਧਰਤੀ ਨੱਚਦੀ ਅੰਬਰ ਨੱਚਦਾ ਨੱਚਦੀ ਕੁੱਲ ਖੁਦਾਈ, ਲਾਟੀਆਂ ਵਾਲ ਵਾਲਿਆਂ ਨੱਚ ਕੇ ਮਾਂ ਤੇਰੇ ਦਰ ਤੇ ਰੌਣ ਕਲਾਈ, ਦਾਦੀਏ ਜਵਾਲਾ ਜੀ ਪ੍ਰਬੰਧਕ ਕਮੇਟੀ ਨੱਚ ਨੱਚ ਹਾਜ਼ਰੀ ਲਵਾ ਰਹੀ ਹੈ, ਬਾਕੀ ਸੰਗਤਾਂ ਉਹਨਾਂ ਨੂੰ ਨਚਾਉਣਾ ਕੋਈ ਗੱਲ ਨਹੀਂ। ਹਾਂਜੀ ਭੈਣੋ ਤਾੜੀ ਜਾ ਕੇ ਹਾਜ਼ਰੀ, ਤੁਸੀਂ ਤਾੜੀ ਜਾ ਕੇ ਹਾਜ਼ਰੀ ਲੈ ਜਾਣੀ ਹੈ। ਨੱਚ ਗਾਉਂਦਾ ਤੇਰੇ ਨਾਮ ਦਾ ਚੌੜਾ ਪਾ ਕੇ ਮਾਂ, ਤੇਰੇ ਕੇਸ਼ੂ ਦਾ ਸਤਮਾਨ ਹੈ ਰੱਖਿਆ
ਜੀਂਦੇ ਰਹੋ ਪ੍ਰਬੰਧਕ ਕਮੇਟੀ ਵਾਲਿਓ, ਕਿਆ ਬਾਤ! ਹੁਣ ਪਤਾ ਲੱਗਾ ਕਿ ਕਿੰਨਾ ਕੁ ਮਹਾਮਾਈ ਦਾ ਤੁਹਾਡੇ 'ਤੇ ਰੰਗ ਚੜਿਆ ਹੈ। ਆਹਾ ਹਾ, ਨੱਚੀ ਜਾਓ, ਕੋਈ ਗੱਲ ਨਹੀਂ। ਜਦ ਮਈਆ ਹੋਵੇ ਮਿਹਰਬਾਨ ਤੇ ਨੱਚਣਾ, ਸਾਡੇ ਜੀਂਦਰ ਭਾਜੀ ਪ੍ਰਬੰਧਕ ਕਮੇਟੀ ਬਹੁਤ ਸਨਮਾਨ। ਦੇਪੀ ਭਾਅ ਜੀ, ਇੱਕ ਬੈਂਡ ਦੀ ਆਵਾਜ਼ ਕਰ ਦਿਓ ਜੀ, ਅੱਜ ਤਾਂ ਗੁਪਚੂ ਵਾਜਾ ਨਹੀਂ ਕਰ ਦਿਓ, ਥੋੜ੍ਹੀ ਜਿਹੀ ਆਵਾਜ਼ ਕਰ ਦਿਓ, ਗੁਪਚੂ ਦਾ ਸੁਣਨਾ ਆਪਾਂ। ਆ ਇੱਥੇ ਰੱਖੋ ਦਾੜੀ ਲਾ ਕੇ, ਸਾਡੇ ਵੀਰਾਂ ਨੂੰ ਮਹੀਨਾ ਹੋ ਗਿਆ ਹੈ, ਦੋ ਮਹੀਨੇ ਹੋ ਗਏ ਇੱਦਾਂ ਹੀ ਸੇਵਾ ਕਰਦਿਆਂ ਨੂੰ, ਪਰ ਮਹਾਮਾਈ ਦੀ ਪਾਰ ਕਿਰਪਾ ਦੇ ਨਾਲ ਮਾਂ ਜਵਾਲਾ ਜੀ ਪ੍ਰਬੰਧਕ ਕਮੇਟੀ ਨੇ ਬੜੀ ਪਰਾਦੇ ਦੇ ਨਾਲ ਜਗਰਾਤਾ ਕੀਤਾ ਜਗਦੰਬੇ ਮਾਂ ਦੀ ਪਾਰ ਕਿਰਪਾ ਦੇ ਨਾਲ। ਕਿਉਂ ਸ਼ਕਤੀ ਜਗਦੰਬੇ ਮਾਂ, ਜਗਦੰਬੇ ਮਾਂ ਦਿੰਦੀ ਹੈ ਰਹਿਮਤ ਤੇਰੀ, ਮਿਹਨਤ ਮੇਰੀ ਤੋਂ ਮਿਹਨਤਾਂ ਕੀਤੀਆਂ ਨੇ ਮਾਂ ਜਵਾਲਾ ਜੀ ਪ੍ਰਬੰਧਕ ਕਮੇਟੀ ਨੇ। ਕਦੀ ਗਜਵਾਜ ਕੇ ਨਾਲ ਤੋਂ ਤਾੜੀਆਂ ਜੀ, ਗਜਵਾਜ ਕੇ ਤਾੜੀਆਂ, ਲਾਠੀਆਂ ਵਾਲ ਥਿਗੜੀ ਦੇ ਭਾਜੀ ਬਹੁਤ ਸਾਰਾ ਮਾਨ ਜੀ, ਨੱਚ ਕੇ ਥੋੜ੍ਹਾ ਜਿਹਾ ਨੱਚ
ਜੀ ਮਹਾਮਾ ਦੇ ਚਰਨਾਂ ਵਿੱਚ, ਕਿਉਂਕਿ ਜੀ 15 ਅਗਸਤ ਹੈ ਆਜ਼ਾਦੀ ਦਿਵਸ ਦੇਣ ਤਾਰੀ ਗੱਜ ਵੱਜ ਕੇ ਸ਼ਹੀਦਾਂ ਸਿੰਘਾਂ ਦੇ ਨਾਂ ਤੋਂ ਗੱਜ ਵੱਜ ਕੇ ਤਾਰੀਆਂ ਜੀ। ਸ਼ਹੀਦਾਂ ਸਿੰਘਾਂ ਦੇ ਨਾਂ ਤੋਂ ਤਾੜੀਆਂ ਜੀ ਗੱਜ ਵੱਜ ਕੇ, ਕਿਉਂਕਿ ਸਾਡਾ ਮੁਲਕ ਉਹਨਾਂ ਨੇ ਆਜ਼ਾਦ ਕੀਤਾ ਹੈ। ਭਗਤ ਸਿੰਘ ਜੀ ਉਹਨਾਂ ਦੇ ਨਾਂ ਤੋਂ ਗੱਜ ਵੱਜ ਕੇ ਤਾੜੀਆਂ ਜੀ, ਗੱਜ ਵੱਜ ਕੇ ਤਾੜੀਆਂ। ਇਸ ਭੇਟ ਤੋਂ ਬਾਅਦ ਸਮਾਪਤ ਕਰ ਲੈਂਦੇ, ਪਰ ਨੱਚ ਕੇ ਥੋੜ੍ਹੀ ਜੀ ਹਾਜ਼ਰੀ ਲਾ ਲਓ। ਪ੍ਰਬੰਧਕ ਕਮੇਟੀ ਦੇ ਵੱਲੋਂ ਬੇਨਤੀ ਹੈ, ਜਿਨ੍ਹਾਂ ਦੇ ਸਨਮਾਨਿਤ ਹੋਣੇ ਨੇ ਸਟੇਜ 'ਤੇ ਆ ਜਾਣ ਜੀ, ਉਹਨਾਂ ਨੂੰ ਬੇਨਤੀ ਹੈ, ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਜੀ। ਪਰ ਅਸੀਂ ਥੋੜ੍ਹਾ ਜਿਹਾ ਨਚਾਉਣਾ ਚਾਹੁੰਦੇ ਪ੍ਰਬੰਧਕ ਕਮੇਟੀ ਵਾਲਿਆਂ ਨੂੰ, ਕਿਉਂਕਿ ਸਾਲ ਦੇ ਪਿੱਛੋਂ ਰਾਤ ਆਉਣੀ ਹੈ। ਸਾਡੇ ਜੀਵਨ ਭਾਅ ਜੀ ਕਿੱਥੇ ਗਏ? ਆ ਜਾਓ ਜੀ, ਪ੍ਰਬੰਧਕ ਕਮੇਟੀ ਜਵਾਲਾ ਜੀ ਮਾਂ। ਅੱਛਾ ਜੀ, ਇੱਧਰ ਸਾਡੇ ਮਹਾਮਾਈ ਦੇ ਭਗਤ, ਬਹੁਤ ਹੀ ਸ਼ਰਧਾਲੂ ਭਗਤ ਨੇ, ਬੜਾ ਹੀ ਨਾਮ ਚੜਿਆ ਮਹਾਮਾਈ ਦਾ, ਤੇ ਨੱਚ ਕੇ ਹਾਜ਼ਰੀ ਲਵਾ ਰਹੇ ਨੇ। ਸੂਹੇ ਮਾ
ਦਰਸ਼ਨਾਂ ਦੇ ਲੱਭਦੇ ਬਹਾਨੇ ਮਾਏ ਮੇਰੀਏ ਦੀਵਾਨੇ ਮਾਏ ਮੇਰੀਏ ਨਾ ਅਜੇ ਜਿੰਨੀਆਂ ਸੰਗਤਾਂ ਨੇ ਬਾਹੀ ਬਾਹਾਂ ਉੱਚੀਆਂ ਕਰਕੇ ਮਹਾਮਾਜੀ ਚਰਨਾਂ ਵਿੱਚ ਨਾਮ ਦਾ ਗਿੱਧਾ ਪਾਉਣਾ ਹੈ, ਦੂਰੋਂ ਦੂਰੋਂ ਆਈਆਂ ਮੇਰੀਆਂ ਸੰਗਤਾਂ ਮੇਰੇ ਵੀਰ, ਇੱਕ ਵਾਰੀ ਬਾਹਾਂ ਉੱਚੀਆਂ ਕਰਕੇ ਆਹਾ ਜਿਹਨੂੰ ਚੜ੍ਹ ਰੰਗ ਮਈਆ ਦਾ ਸਾਡੇ ਸਰਪੰਚ ਸਾਹਿਬ ਜੀ ਲਾਠੀਆਂਵਾਲ ਵਾਲੇ ਬਹੁਤ ਹੀ ਮਾਤਾ ਦੇ ਸ਼ਰਧਾਲੂ ਨੇ, ਸਾਡੇ ਪੂਜਨੀ ਹੈ, ਬਹੁਤ ਸਾਰਾ ਮਾਨ ਜੀ, ਬਹੁਤ ਸਾਰਾ ਆਸ਼ੀਰਵਾਦ ਸਾਡੇ ਸਰਪੰਚ ਸਾਹਿਬਾਨ ਜੀ ਹਰਬੰਸ ਸਿੰਘ ਜੀ, ਸਰਦਾਰ ਹਰਬੰਸ ਸਿੰਘ ਜੀ ਸਾਬਕਾ ਸਰਪੰਚ, ਮੌਜੂਦਾ ਸਰਪੰਚ ਜੀ ਸਾਡੇ ਸਰਪੰਚ ਸਾਹਿਬ ਜੀ ਬਹੁਤ ਸਾਰਾ ਮਾਨ ਆਸ਼ੀਰਵਾਦ ਦੇ ਰਹੇ ਨੇ। ਸਰਪੰਚ ਸਾਹਿਬ ਜੀ ਇੱਕ ਵਾਰੀ ਤੁਸੀਂ ਬਾਂਹ ਉੱਚੀ ਕਰਕੇ ਜਿਹੜਾ ਨੱਚੋ ਸਾਂ, ਨਾਮ ਦਾ ਗਿੱਧਾ ਪੈਂਦਾ ਮਾ ਤੇਰੇ ਨਾਮ ਦਾ ਗਿੱਧਾ ਪੈਂਦਾ, ਉਹ ਨਾਮ ਦਾ ਗਿੱਧਾ ਪੈਂਦਾ ਮਾ ਤੇਰੇ ਨਾਮ ਦਾ ਗਿੱਧਾ ਪੈਂਦਾ, ਉਹ ਜਿਹਨੂੰ ਚੜ੍ਹਦਾ ਰੰਗ ਮਈਆ ਦਾ, ਉਹ ਜਿਹਨੂੰ ਚੜ੍ਹਦਾ ਰੰਗ ਮਈਆ ਦਾ ਮੁੜ ਕੇ ਨਹੀਂ ਉਹ ਲੈਂਦਾ। ਪ੍ਰਬੰਧਕ ਕਮੇਟੀ ਵਾਲਾ ਬੇਨਤੀ ਹੈ ਸਟੇਜ ਤੇ ਆ ਜਾਓ ਜਰਾ ਹੌਲੀ ਹੌਲੀ, ਹੁਣ ਨਾਮ ਦਾ ਗਿੱਧਾ, ਨਾਮ ਦਾ ਗਿੱਧਾ, ਨਾਮ ਦਾ ਗਿੱਧਾ ਪੈਂਦਾ ਮਾ ਤੇਰੇ ਨਾਮ ਦਾ ਗਿੱਧਾ ਪੈਂਦਾ, ਨਾਮ ਦਾ ਗਿੱਧਾ ਪੈਂਦਾ ਮਾ ਤੇਰੇ ਨਾਮ ਦਾ ਗਿੱਧਾ ਪੈਂਦਾ, ਭਗਤਾਂ ਨੇ ਲਾਟੀ ਵਾਲ ਵਾਲਿਆਂ, ਲਾਟੀ ਵਾਲ ਵਾਲਿਆਂ, ਸੇਜਾਂ ਵਾਲ ਵਾਲਿਆਂ, ਡੋਲੇ ਵਾਲ ਵਾਲਿਆਂ, ਤੰਮਾਂ ਬੂਟਾਂ ਵਾਲਿਆਂ, ਅੱਜ ਸੰਗਤਾਂ ਨੇ, ਅੱਜ ਭਗਤਾਂ ਨੇ ਜਾਗੇ ਵਿੱਚ ਰੌਣਕ ਲਾਈ ਆ। ਭਾਜੀ ਥੋੜ੍ਹੀ ਜਿਹੀ ਗੁਰਚੂ ਲਾ ਦਿਓ ਤੁਸੀਂ, ਜ਼ਿਆਦਾ ਮਜ਼ਾ ਆਜੂਗਾ। ਡਿੰਪੀ ਭਾਜੀ ਮੇਰੀ ਜਾਨ ਹੈ, ਡਿੰਪੀ ਭਾਜੀ ਹਾਂਜੀ ਪੈਰ ਦੀ ਆਵਾਜ਼ ਥੋੜ੍ਹੀ ਜਿਹੀ ਕਰ ਦਿਓ ਭਾਜੀ, ਗੁਰਚੂ ਜਾਣਾ ਕੱਲਾ ਜੀ, ਬੇਸ ਨਹੀਂ ਜਾਣਾ, ਹੋਰ ਕਰ ਦਿਓ, ਹੋਰ ਕਰ ਦਿਓ। ਕਿਆ ਬਾਤ, ਅੱਜ ਸੰਗਤਾਂ ਨੇ, ਅੱਜ ਭਗਤਾਂ ਨੇ ਜਾਗੇ ਵਿੱਚ ਰੌਣਕ ਲਾਈ, ਜਾਗੇ ਵਿੱਚ ਰੌਣਕ ਲਾਈ, ਮੱਤਾਂ ਦਾ ਰੰਗ ਐਸਾ ਚੜਿਆ ਸਭ ਨੂੰ ਮਸਤੀ ਹੋਈ, ਅੱਜ ਸੰਗਤਾਂ ਨੇ, ਅੱਜ ਭਗਤਾਂ ਨੇ ਜਾਗੇ ਵਿੱਚ ਰੌਣਕ ਲਾਈ, ਉਹ ਮਸਤੀ ਦਾ ਰੰਗ ਐਸਾ ਚੜਿਆ ਸਭ ਨੂੰ ਮਸਤੀ ਆਈ, ਜਾਗੇ ਦੇ ਵਿੱਚ ਜੋ ਵੀ ਨੱਚਦਾ, ਜਾਗੇ ਦੇ ਵਿੱਚ ਜੋ
ਸਿਮਰਨ ਜੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਸਨਮਾਨ ਤੋਂ ਬਾਅਦ ਵੀ ਹਾਜ਼ਰੀ ਗਾਉਣੀ ਜੀ। ਹਾਂਜੀ ਇੱਕ ਅੱਧੀ ਵਧਾਵਾਂਗੇ ਕਿਉਂਕਿ ਸਾਡੇ ਗੁਰੂ ਜੀ ਆ ਰਹੇ ਹਨ, ਸਨਮਾਨਿਤ ਕਰਾ ਲਓ ਉਸ ਤੋਂ ਬਾਅਦ ਹਾਜ਼ਰੀ ਵਧਾਵਾਂਗੇ। ਹਾਂਜੀ ਹਾਂਜੀ ਨਾਮ ਦਾ ਗਿੱਧਾ ਪੈਂਦਾ ਮਾਤਰ ਨਾਮ ਦਾ ਗਿੱਧਾ ਪੈਂਦਾ ਨਾਮ ਦਾ ਗਿੱਧਾ ਪੈਂਦਾ ਮਾਤਰ ਨਾਮ ਦਾ ਗਿੱਧਾ ਪੈਂਦਾ ਤਾਰੀ ਜਾ ਕੇ ਸਾਰੀ ਸੰਗਤ ਨਾਮ ਦਾ ਗਿੱਧਾ ਪੈਂਦਾ ਮਾਤਰ ਨਾਮ ਦਾ ਗਿੱਧਾ ਪੈਂਦਾ ਨਾਮ ਦਾ ਗਿੱਧਾ ਪੈਂਦਾ ਮਾਤਰ ਨਾਮ ਦਾ ਗਿੱਧਾ ਪੈਂਦਾ ਰਾਜੀ ਦਾ ਬੇਨਤੀ ਬਾਜੀ ਕਿਆ ਵਾ ਨਾਮ ਦਾ ਗਿੱਧਾ ਪੈਂਦਾ ਮਾਤਰ ਨਾਮ ਦਾ ਗਿੱਧਾ ਪੈਂਦਾ ਥੋੜ੍ਹੇ ਜਿਹੇ ਸਨਮਾਨਿਤ ਹੋ ਰਹੇ ਨੇ ਉਸ ਤੋਂ ਬਾਅਦ ਫਿਰ ਇੱਕ ਦੋ ਹਾਜ਼ਰੀਆਂ ਉਸ ਤੋਂ ਬਾਅਦ ਸਾਡੇ ਗੁਰੂ ਜੀ ਜਨਾਬ ਮਾਸਟਰ ਸਲੀਮ ਜੀ ਦੁਨੀਆ ਦੀ ਉਹ ਤਾਕਤ ਨੇ ਦੁਨੀਆ ਦੀ ਉਹ ਦਿਲਾਂ ਦੀ ਧੜਕਣ ਨੇ ਦਿਲਾਂ ਦੀ ਆਵਾਜ਼ ਨੇ ਕੁਝ ਗੱਜ ਵੱਜ ਕੇ ਉਹਨਾਂ ਦੇ ਨਾਂ ਤੋਂ ਤਾੜੀਆਂ ਜੀ ਗੱਜ ਵੱਜ ਕੇ ਤਾੜੀਆਂ ਹੋਣੀਆਂ ਚਾਹੀਦੀਆਂ ਨੇ ਸਾਡੇ ਨਿਸ਼ਾਨ ਸੰਧੂ ਜੀ ਥੈਂਕ ਯੂ ਜੀ।